ਹੁਕਮ ਆਇਆ ਸੱਚੇ ਪਾਤਸ਼ਾਹ ਧਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋਲ, ਸਾਸ ਸਾਸ ਪਰਤ ਪਾਲੇ, ਪਰ ਉਸ ਨੂੰ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪਰ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ। ਮਨ ਬਿਲਾਸ ਪਏ ਸਾਹਿਬ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈ ਜਰਖਾਈ, ਇਹ ਹੁਕਮ ਆਇਆ। ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਸੱਤ ਹੁੰਦਾ ਰਾਸ ਗੁਰਦੁਆਰੇ, ਉਦੋਂ ਅਕਾਲ ਤਖ਼ਤ ਵਾਲਾ ਹੁਕਮ ਨਹੀਂ ਸੀ, ਇਹ ਉਦੋਂ ਦੀ ਗੱਲ ਹੈ। ਉੱਥੇ ਇਕੱਠੇ ਹੋਏ ਬੈਠੇ, ਮੈਂ ਵੀ ਵਿੱਚ ਬੈਠਾ। ਉੱਥੇ ਫਿਰ ਗੱਲਾਂ ਕਰਦੀਆਂ ਕਿਹਾ ਵੀ ਇਹਨਾਂ ਭਾਈ ਸਕੂਲ ਚਾਲੂ ਕਰਿਆ ਅਤੇ ਵੀ ਉਹ ਚੱਲੂ ਕਿ ਨਹੀਂ, ਅੱਡੋ ਅੱਡੀ ਕਰ। ਮੈਂ ਠੋਕ ਕੇ ਕਿਹਾ ਮੈਂ ਚੜ੍ਹਦੀ ਕਲਾ ਵਿੱਚ ਚੱਲੂ ਅਤੇ ਬਾਕੀ ਉਹਨਾਂ ਨੂੰ ਮੈਂ ਕਿਹਾ ਵੀ ਆਹ ਹੁਕਮ ਆਇਆ ਸੀ। ਤਾਂ ਇੱਕ ਭਾਈ ਉਹ ਟੀਚਰ ਹੀ ਸੀ ਇੱਧਰ ਖਮਨੀ ਕਿਹੜੇ ਇਲਾਕੇ ਦਾ, ਉਹ ਕਹਿੰਦਾ ਹੁਕਮ ਦਾ ਕੀ ਹੁੰਦਾ, ਹੁਕਮ ਦਾ ਕੱਢਿਆ ਕਢਾਇਆ ਹੁੰਦਾ। ਜਦੋਂ ਇੰਨੀ ਗੱਲ ਉਹਨੇ ਕਹੀ, ਮੈਂ ਕਿਹਾ ਤੁਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਕੋਈ ਕੋਈ ਹੋ ਬੰਦਾ ਇਹੋ ਜਿਹਾ ਕਿਹੜਾ ਘਰਦਿਆਂ ਨੂੰ ਖੁਸ਼ ਕਰਨ ਕਰਕੇ ਹੁਕਮ ਇਸ ਤਰ੍ਹਾਂ ਦਾ ਕੱਢ ਲਵੇ, ਪਰ ਮੈਂ ਤਾਂ ਸਾਰੀ ਜ਼ਿੰਦਗੀ ਮੈਂ ਆਹ ਹੁਕਮ ਆਇਆ ਅਤੇ ਭੋਗ ਮੈਂ ਪਾਇਆ, ਹੁਕਮ ਮੈਂ ਲਿਆ। ਫਿਰ ਕਹਿੰਦਾ ਜੇ ਤੁਸੀਂ ਲਿਆ ਤਾਂ ਠੀਕ ਹੈ, ਅਤੇ ਉਹਦੇ ਮਨ 'ਤੇ ਆਇਆ। ਫਿਰ ਇਸ ਤਰ੍ਹਾਂ ਮੈਂ ਤੁਸੀਂ ਦੂਜਿਆਂ ਨੂੰ ਵੀ ਸਾਰਿਆਂ ਨੂੰ ਨਹੀਂ ਦੇ ਸਕਦੇ, ਕੋਈ ਐਸਾ ਗ੍ਰੰਥ ਹੀ ਹੁੰਦਾ ਹੈ ਕਿਹੜਾ ਵੀ ਘਰਦਿਆਂ ਨੂੰ ਘਰੇ ਖੁਸ਼ ਕਰਨ ਕਰਕੇ ਕੱਢ ਲਵੇ, ਨਹੀਂ ਸਾਰੇ ਇਸ ਤਰ੍ਹਾਂ ਲੈਂਦੇ ਨੇ ਮੈਂ ਜ਼ਿੰਦਗੀ। ਫਿਰ ਕਹਿੰਦਾ ਠੀਕ ਹੈ, ਇਹ ਤੁਹਾਨੂੰ ਮੈਂ ਦੱਸਾਂ ਵੀ ਇਸ ਤਰ੍ਹਾਂ ਦੀ ਖੇਡ ਬਣੀ। ਫਿਰ ਉਦੋਂ ਬਾਅਦ ਭਾਈ ਇੱਥੇ ਕਿਹੜਾ ਖਾਲਸਾ ਸਕੂਲ, ਇੱਕ ਤਾਂ ਉਹ ਆਪਣੇ ਪ੍ਰਿੰਸੀਪਲ ਸੀ, ਕੀ ਨਾਮ ਸੀ ਉਹਨਾਂ ਦਾ, ਗੁਰਦਿਆਲ ਸਿੰਘ ਨੀਲ, ਇੱਕ ਉਹ ਇੱਕ ਦਾਸ। ਅਤੇ ਮੈਂ ਫਿਰ ਉੱਥੇ ਮੇਰੇ ਮਨ 'ਚ ਇਹ ਗੱਲ ਆਈ ਬਈ ਤੈਨੂੰ ਮੈਨੂੰ $1,000 ਦਿੰਦੇ ਸੀ, ਬਈ ਇੰਨਾ ਚਿਰ 32-33 ਸਾਲ ਪੜ੍ਹਾਇਆ, ਉੱਥੇ ਤਨਖਾਹਾਂ ਲਈਆਂ ਨੇ, ਇੱਥੇ ਧੇਲਾ ਨਹੀਂ ਲੈਣਾ। ਅਤੇ ਇਹ 1,000 ਮੈਨੂੰ ਦਿੰਦੇ ਸੀ, ਸਾਈਨ ਕਰਾ ਲੈਣੇ, ਉਹ ਦੂਸਰੇ ਪਾਸੇ ਉਦੋਂ ਹੀ ਉਹ ਡੋਨੇਸ਼ਨ 'ਚ ਫੜ ਲੈਂਦੇ ਸੀ। ਗੁਰਦਿਆਲ ਸਿੰਘ ਬੜੇ ਪ੍ਰਸੰਨ ਹੋਏ, ਕਹਿੰਦੇ ਠੀਕ ਹੈ, ਗੁਰੂ ਦੀ ਕਿਰਪਾ ਦੇ ਨਾਲ। ਫਿਰ ਜਿੰਨਾ ਚਿਰ ਇੱਥੇ ਇਸ ਤਰ੍ਹਾਂ ਦੀ ਇਹ ਸੇਵਾ ਰਹੀ, ਫਿਰ ਭਾਈ ਕਈ ਘਰਾਂ 'ਤੇ ਜਾਂਦੇ ਸੀ, ਉਹ ਅਗਲਾ ਭੇਜਦਾ ਨਹੀਂ ਸੀ ਵੀ ਇਹ ਚੱਲੂ ਕਿ ਨਹੀਂ, ਇਸ ਤਰ੍ਹਾਂ ਦਾ ਹੈਗਾ ਸੀ। ਪਹਿਲੇ ਸਾਲ ਫਿਰ ਗੁਰੂ ਦੀ ਕਿਰਪਾ ਨਾਲ, ਸਮਝ ਲਓ ਤੁਸੀਂ 86 ਵਿੱਚ ਰੰਭਿਆ, ਅਤੇ ਉਦੋਂ ਫਿਰ 40-50 ਬੱਚੇ ਹੋਏ, ਅਤੇ ਦਾਸ ਨੇ ਫਿਰ ਜਿੰਨਾ ਚਿਰ ਭਾਈ ਸੇਵਾ ਕਰੀ ਗੁਰੂ ਦੀ ਕਿਰਪਾ ਨਾਲ, ਅਤੇ ਤੁਰ ਕੇ ਜਾਣਾ, ਅਤੇ ਸਾਰਾ ਉਸ ਤਰ੍ਹਾਂ ਦਾ ਇੱਥੇ ਸਰੀ 'ਚ ਵੈਨਕੂਵਰ 'ਚ ਹੀ ਰਹਿੰਦੇ ਸੀ। ਕਿ ਦੂਸਰੇ ਪੱਖ 'ਤੇ ਨੀਲ, ਉਹਨਾਂ ਨੇ ਵੀ ਨਹੀਂ ਲਈ ਪੇ, ਅਤੇ ਦਾਸ ਨੇ ਵੀ ਨਹੀਂ ਲਈ, ਕਿੰਨਾ ਚਿਰ ਸੇਵਾ ਕਰੀ ਗੁਰੂ ਦੀ ਕਿਰਪਾ ਨਾਲ। ਉਦੋਂ ਬਾਅਦ ਤੁਸੀਂ ਦੇਖ ਲਓ ਅੱਜ ਗੁਰੂ ਦੀ ਕਿਰਪਾ ਦੇ ਨਾਲ 3,000 ਤੋਂ ਉੱਪਰ ਬੱਚੇ ਨੇ, ਆਪਦੀਆਂ ਬਿਲਡਿੰਗਾਂ ਨੇ, ਸਾਰੀ ਵਡਿਆਈ। ਉਹ ਹੁਕਮ ਆਰੰਭ ਵਿੱਚ ਇਹ ਆਇਆ ਸੀ ਔਖੀ ਘੜੀ ਨਾ ਦੇਖਣ ਦੇ, ਵੀ ਇਹ ਕਿੰਨੀ ਵੱਡੀ ਬਖਸ਼ ਹੋਈ ਹੈ। ਭਾਈ ਜੀਵਨ ਸੋਹਣੀਆਂ ਨੂੰ ਜੇ ਕਹਿ ਦਈਏ ਵੀ ਕਿਹੜੇ ਇਹ ਖਾਲਸਾ ਸਕੂਲ ਦੇ ਅਤੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਜਿਹੜੇ ਮਤਲਬ ਹੈ ਬਾਨੀ ਅਸਲ ਵਿੱਚ ਜਿਹੜੇ ਹੈਗੇ ਨੇ, ਉਹ ਭਾਈ ਜੀਵਨ ਸੋਹਣੀ ਨੇ, ਉਹਨਾਂ ਦੇ ਕਿੱਡੀ ਵੱਡੀ ਖੇਡ ਸੀ ਗੁਰੂ ਦੀ ਕਿਰਪਾ ਨਾਲ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ, ਆਪਣੇ ਘਰ ਅਖੰਡ ਪਾਠ ਸਮਾਗਮ ਹੁੰਦਾ ਸੀ, ਉੱਥੇ ਕਿਹੜਾ ਟਰੱਸਟ ਫਰਵਾਲੀ ਆ, ਉਦੋਂ 2 ਕੁ ਪੇਜ ਸੀ ਉਹਦੇ ਮਤਲਬ ਸਿਲੇਬਸ ਦੇ। ਉਹ ਭਾਈ ਸਿੰਘ ਨੂੰ ਮੈਂ ਇੱਕੋ ਗੱਲ 'ਤੇ ਕਹੇ ਵੀ ਆਹ ਦੇਖੋ ਜੀ, ਉਹ ਇੰਨੇ ਖੁਸ਼ ਹੋਏ, ਕਹਿੰਦੇ ਮੈਂ ਤਾਂ ਇਹਦੇ 'ਚ ਲੱਖ ਪਾਉਣਾ। ਉਦੋਂ ਪਹਿਲਾਂ ਮੈਂ ਆਪਦੇ, ਅਸੀਂ ਦੋਨਾਂ ਨੇ ਜੋ ਕਾਢੀ ਸਾਡੀ ਆਪਦੀ ਪੇ ਸੀ ਜਾਂ ਜ਼ਮੀਨ ਦੀ ਸੀ, ਵੀ ਕਿਸੇ ਬੱਚੇ ਤੋਂ ਵੀ ਇੱਕ ਧੇਲਾ ਨਹੀਂ ਲੈਣਾ। ਅਤੇ ਮੇਰੇ ਮਨ 'ਚ ਭਾਈ ਜੀਵਨ ਸਿੰਘ ਦਾ ਇੰਨਾ ਅਸਰ ਸੀ, ਤੁਸੀਂ ਦੇਖ ਲਓ ਧਿਆਨ ਨਾਲ, ਜਦੋਂ ਉਹਨਾਂ ਨੇ ਕਿਹਾ ਇਹ ਗੱਲ ਕਹੀ ਕਿ ਨਾ, ਉਹ ਪੜ੍ਹ ਕੇ ਵੀ ਮੈਂ ਤਾਂ ਲੱਖ ਪਾਉਣਾ, ਇੱਕ ਮਿੰਟ 'ਚ ਮੇਰੇ ਖਿਆਲ ਬਦਲ ਗਏ। ਮੈਂ ਫਿਰ ਉਹਨਾਂ ਨੂੰ ਇਹ ਕਿਹਾ ਵੀ ਕੀ ਪਤਾ ਹੈ, ਤੁਸੀਂ ਲੱਖ ਮੈਨੂੰ ਇੱਥੇ ਦੇ ਦਿਓ, ਮੈਂ ਰਾਤ ਨੂੰ ਮਨ 'ਚ ਕਿਹਾ ਚੜ੍ਹਾਈ ਕਰ ਜਾ, ਮੇਰੇ ਘਰ ਹੀ ਰਹਿ ਜੇ ਪੈਸਾ। ਉਹਨਾਂ ਨੇ ਜਦੋਂ ਕਿਹਾ, ਮੈਂ ਕਿਹਾ ਤੇਰਾ ਸਕੂਲ ਥੋੜ੍ਹਾ ਹੈ ਨਾ, ਤੇਰਾ ਟਰੱਸਟ ਥੋੜ੍ਹਾ, ਇਹ ਤਾਂ ਕੌਮ ਦਾ ਹੈ। ਪਹਿਲਾਂ ਉਹਨਾਂ ਨੇ ਜਿਹੜੇ ਉੱਥੇ ਬਾਬੂ ਸਿੰਘ ਅਤੇ ਹੋਰ ਹੈਗੇ ਸੀ, ਉਹਨਾਂ ਨੇ ਇਹਦਾ ਨਾਂ ਰੱਖਤਾ ਪਹਿਲਾਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ, ਉਹਨਾਂ ਦੇ ਪੁੱਤਰ ਨਾਂ 'ਤੇ ਸੀ। ਉਹ ਕਹਿੰਦੇ ਮਾਸਟਰ ਜੀ, ਤੁਸੀਂ ਲੱਖ ਦੇ ਰਹੇ ਹੋ, 1990 ਦੀ ਗੱਲ ਹੈ, ਵੀ ਤੁਹਾਡਾ ਨਾਂ ਵਿੱਚ ਆਉਣਾ ਚਾਹੀਦਾ। ਉਹ ਨਰਿੰਦਰ ਸਿੰਘ ਬੜੂੰਦੀ ਮਾਸਟਰ ਜੀ ਦਾ ਲੜਕਾ, ਉਹ MABT ਸੀ। ਮੈਂ ਜਿਵੇਂ ਤੁਹਾਡੀ ਵਿਚਾਰ ਹੈ, ਮੈਂ ਉੱਥੇ ਗਿਆ ਸੀ 90 ਵਿੱਚ, ਉਹਨਾਂ ਨੇ ਫਿਰ ਇਹਦਾ ਨਾਂ ਰੱਖਤਾ ਭਾਈ ਉਜਾਗਰ ਸਿੰਘ ਖਾਲਸਾ ਗੁਰਮਤਿ ਪ੍ਰਚਾਰ ਟਰੱਸਟ ਫਰਵਾਲੀ। ਜਦੋਂ ਇਹ ਰੱਖਤਾ, ਉਦੋਂ ਬਾਅਦ ਫਿਰ ਮੈਨੂੰ ਉਹ ਗਿਆਨੀ ਗੁਰਦਿੱਤ ਸਿੰਘ ਮਿੱਠਿਆਲ, ਉਹਨਾਂ ਨੇ ਜਰਾ ਕਰਾਇਆ ਦਿੱਤੀ ਵੀ ਥੋੜ੍ਹੀ ਜਿਹੀ ਜਿਹਦੇ ਸੁਧਾਰ ਹੋ ਜੇ। ਫਿਰ ਭਾਈ ਚੰਡੀਗੜ੍ਹ ਤੋਂ ਗੁਰੂ ਦੀ ਕਿਰਪਾ ਨਾਲ ਇਹਦੇ ਵਿੱਚ ਅਮੈਂਡਮੈਂਟ ਹੋਈ ਦੁਬਾਰਾ, 34 ਲੱਖ ਦੀਆਂ ਉਦੋਂ ਬਣੀਆਂ ਸੀਆਂ। ਫਿਰ ਹੁਣ ਇਹਦਾ ਨਾਂ ਹੈਗਾ
ਗੁਰਮਤਿ ਪ੍ਰਚਾਰ ਟਰੱਸਟ ਰਜਿਸਟਰ ਫਰਵਾਲੀ ਸੰਸਥਾਪਕ ਭਾਈ ਉਜਾਗਰ ਸਿੰਘ ਖਾਲਸਾ। ਜਿਵੇਂ ਬੁੱਕ 'ਤੇ ਸੰਸਥਾਪਕ ਲਿਖਦੇ ਆ ਨਾ ਉਸ ਤਰ੍ਹਾਂ ਲਿਖਿਆ। ਅਤੇ ਪਹਿਲਾਂ ਹੈਗਾ ਸੀ ਉਹ ਸਾਰੀਆਂ ਐਫਡੀਆਂ ਕਿਹੜੀਆਂ ਹੈਗੀਆਂ ਸੀਆਂ, ਇੱਕ ਉਹ ਫਿਰੋਰਾਈ ਦਾ ਹੈਗਾ ਸੀ, ਉਹ ਮੇਰਾ ਮਿੱਤਰ ਸੀ ਸੁਰਿੰਦਰ ਸਿੰਘ, ਅਤੇ ਮੈਂ ਉਹ ਕਿਹਾ ਵੀ ਐਂ ਚੰਡੀਗੜ੍ਹ ਭਾਈ ਇਹਦੇ ਅਮੈਂਡਮੈਂਟ ਕਰਾਉਣੀ ਹੈ। ਉਹ ਬੜਾ ਖੁਸ਼ ਹੋਇਆ, ਉਹ ਕਹਿੰਦਾ ਕਿਉਂ ਕਲਰਕਾਂ ਦੀ ਕਲਰਕ ਮੰਨ ਲੈਂਦੇ ਨੇ, ਹੁਣ ਤਾਂ ਤਹਿਸੀਲ ਲੈਵਲ 'ਤੇ ਅਧਿਕਾਰ ਮਿਲੇ ਹੋਏ ਨੇ। ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ, ਤੁਸੀਂ ਇੰਨਾ ਕੁਝ ਕਰਦੇ ਹੋ, ਮੈਂ ਇੰਨਾ ਵੀ ਨਹੀਂ ਕਰ ਸਕਦਾ। ਉਹਨੇ ਫਿਰ ਭਾਈ ਇੱਥੋਂ ਮਤੇ ਪਾ ਕੇ ਅਸੀਂ ਭੇਜਤੇ, ਅਤੇ ਹੁਣ ਇਹਦਾ ਅਮੈਂਡਮੈਂਟ 34 ਲੱਖ ਦੀਆਂ ਸਾਰੀਆਂ ਐਫਡੀਆਂ ਕਿਹੜੀਆਂ ਪਹਿਲੀਆਂ ਸੀਆਂ ਉਹ ਚੇਂਜ ਹੋ ਗਈਆਂ, ਕਿਹੜੀਆਂ ਹੁਣ ਇਹਦਾ ਨਾਂ ਫਿਰ ਭਾਈ ਸੋਹਣੇ ਜਦੋਂ ਕਿਹਾ ਫਿਰ ਕਈ ਨੂੰ ਮੈਂ ਪਹਿਲਾਂ ਰੋਕਿਆ ਸੀ, ਗਿਆਨੀ ਇੱਕ ਬ੍ਰਹਿਮ ਸਿੰਘ ਹੋਰ, ਮੈਂ ਕਿਹਾ ਨਾ ਕਿਸੇ ਦਾ ਨਹੀਂ ਹਿੱਸਾ ਪਾਉਣਾ। ਫਿਰ ਮੈਂ ਕਿਹਾ ਇਹਨਾਂ ਰੋਕਿਆ ਸੀ, ਉਹਨਾਂ ਨੂੰ ਕਿਹਾ ਵੀ ਤੁਹਾਡੀ ਰੁਚੀ ਹੈ ਹੁਣ। ਉਦੋਂ ਬਾਅਦ ਗੁਰੂ ਦੀ ਕਿਰਪਾ ਨਾਲ ਹੁਣ ਇਹ 3 ਇਨਕਮਾਂ ਨੇ ਇਹਦੀਆਂ, ਇੱਕ ਤਾਂ ਦਾਸ ਵੱਲੋਂ ਪਰਿਵਾਰ ਵੱਲੋਂ, ਜਿਹੜਾ ਇੱਕ ਕਿਹੜੀ ਉਹ ਸਾਲਾਨਾ ਸਮਾਗਮ ਕਰਦੇ ਨੇ ਕੋਈ ਬੱਚਤ ਹੋ ਜਾਂਦੀ ਉਹਦੀ ਐਫਡੀ ਬਣ ਜਾਂਦੀ ਹੈ। ਕਈ ਨੇ ਇਸ ਤਰ੍ਹਾਂ ਦਾ ਹੁਣ ਉਹ ਦੁਸਾਂਝ ਦੇ ਚੜ੍ਹਾਈ ਕਰੀ ਅਤੇ ਉਹਨਾਂ ਦੀ ਜਿਹੜੀ ਹੈਗੀ ਸੀ ਮਤਲਬ ਹੈ ਸੱਸ ਕਹਿ ਲਓ, ਉਹ ਬੜੀ ਪ੍ਰੇਮ, ਅਤੇ ਜਿਸ ਵੇਲੇ ਇੱਥੇ ਆਏ ਤਾਂ ਉਹਨਾਂ ਨੇ ਭਾਈ ਜੀਵਨ ਸੋਹਣੇ ਨੇ ਕਿਹਾ ਵੀ ਮਾਸਟਰ ਜੀ ਕੋਲ ਆਇਆ ਕਰੋ ਤੁਸੀਂ ਪੜ੍ਹੋ। ਉਹ ਮੇਰੇ ਕੋਲ ਫਿਰ ਸੰਤਿਆ ਲੈਂਦੇ ਰਹੇ, ਇੱਕ ਵਾਰੀ ਉਹਨਾਂ ਨੇ ਡੇਢ ਲੱਖ ਮੇਰੀ ਜੇਬ 'ਚ ਪਾਤਾ। ਜਿਉਂ ਕੰਮ ਚੱਲਿਆ ਫਿਰ ਹੋਰ ਇਸ ਤਰ੍ਹਾਂ ਦਾ, ਹੁਣ 3 ਇਨਕਮਾਂ ਨੇ ਇਹਦੀਆਂ ਗੁਰੂ ਦੀ ਕਿਰਪਾ ਨਾਲ, ਇੱਕ ਤਾਂ ਦਾਸ ਵੱਲੋਂ, ਇੱਕ ਸਮਝ ਲਓ ਤੁਸੀਂ ਵੀ ਜਿਨ੍ਹਾਂ ਨੇ ਜਦੋਂ ਭਾਈ ਜੀਵਨ ਸਿੰਘ ਨੇ ਚੇਂਜ ਕਰਤੀ ਇਹ ਗੱਲ, ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਤਰ੍ਹਾਂ ਦਾ ਕਰਕੇ ਮੈਂ ਤਾਂ ਜਪਾਉਣਾ, ਮੈਂ ਤੁਸੀਂ ਸਿੱਧਾ ਸਟੇਟ ਬੈਂਕ 'ਚ। ਫਿਰ ਉਹ ਪਤਾ ਨਹੀਂ ਮੈਨੂੰ ਕੈਲੀਫੋਰਨੀਆ ਖਮਨੀ ਕਿੱਥੇ ਕਹਿੰਦੇ ਮਾਸਟਰ ਜੀ ਅਕਾਊਂਟ ਆ ਨੰਬਰ ਆ ਗਿਆ। ਫਿਰ ਉਹਨਾਂ ਨੂੰ ਦੱਸਿਆ, ਉਹਨਾਂ ਨੇ ਫਿਰ ਸਿੱਧਾ 35 ਖਮਨੀ ਕਿੰਨਾ ਭੇਜਿਆ। ਅਤੇ ਇਸ ਤਰ੍ਹਾਂ ਦਾ ਕਰਕੇ ਵੀ ਇਹ ਫਿਰ ਉਦੋਂ ਬਾਅਦ ਭਾਈ ਜਿਉਂ ਚੱਲਿਆ, ਅੱਜ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਦੱਸਦਾ 95 ਲੱਖ ਦੀਆਂ ਐਫਡੀਆਂ ਬਣੀਆਂ ਹੋਈਆਂ ਨੇ, 41 ਲੱਖ ਗੁਰੂ ਦੀ ਕਿਰਪਾ ਦੇ ਨਾਲ ਸਮਝ ਤੁਸੀਂ ਹਾਲ 'ਤੇ ਲੱਗਿਆ। ਅਤੇ ਬਾਕੀ ਹੋਰ ਇਸ ਤਰ੍ਹਾਂ ਦਾ ਇੱਕ ਵਿਧਾ ਉਹ ਹੈਗਾ, ਪਹਿਲਾਂ ਕੰਪਨੀਆਂ ਦਾ ਖਰਚ ਜੋ ਕੁਝ ਹੈ 1.5-2 ਕਰੋੜ ਬਣ ਗਿਆ। ਮੇਰੇ ਮਨ 'ਚ ਸੀ ਮੇਰੇ ਕੋਲ 1 ਲੱਖ ਹੋਵੇ ਬੱਚਿਆਂ ਨੂੰ, ਇੰਨਾ ਕਿਉਂ ਆਰੰਭ ਉੱਥੋਂ ਹੋਇਆ ਕਿਹੜਾ, ਮੈਨੂੰ ਚੌਥੀ ਵਿੱਚੋਂ ਫਸਟ ਨਿਕਲਿਆ ਮੈਂ ਜ਼ਿਲ੍ਹਾ ਫੂਲ ਵਿੱਚੋਂ, ਉਹ 96 ਰੁਪਈਏ ਮਿਲੇ ਉਹਨਾਂ ਨੇ ਮੈਨੂੰ ਜਗਾਇਆ ਵੀ ਤੈਨੂੰ ਪੱਬ ਨਹੀਂ ਲੱਗਦਾ ਸੀ ਖੁਸ਼ੀ ਵੀ ਤੂੰ ਵੀ ਐਸਾ ਕੰਮ ਕਰ। ਇਹ ਪ੍ਰੇਰਨਾ ਉੱਥੋਂ ਉੱਠੀ ਗੁਰੂ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਾ। ਬਸ ਹੁਣ ਸ਼੍ਰੀ ਸਾਹਿਬ ਬਾਰੇ ਦੱਸਿਆ ਵੀ ਮੇਰੇ ਨਾਲ ਕਿਹੜੀਆਂ 2-3 ਇਹ ਬੀਤੀਆਂ ਨੇ। ਜਦੋਂ ਕੁਮਾਰ ਹਣ ਜਾਵੇ ਉਹ ਕਹੇ ਤੂੰ ਕਾਕਾ ਹੁਣੇ ਹੀ ਭਾਈ ਬਣ ਗਿਆ, ਮੈਂ ਤੇਰਾ ਤੁਸੀਂ ਗੱਲ ਤੋਂ ਇਹ ਭਾਈ ਕਿਹੜੇ ਉਹਨਾਂ ਲਈ ਠੇਕਾ ਲੱਗਿਆ ਵੀ ਕਿਹੜੇ ਗ੍ਰੰਥੀ ਗੁਰਦੁਆਰੇ ਹੋਣ ਜਾਂ ਕੀਰਤਨ ਕਰਨੇ, ਤਾਂ ਹਰ ਇੱਕ ਲਈ ਰਹਿਤ ਬਹਿਤ ਹੈ। ਬਾਹਲੇ ਲੋਕ ਤਾਂ ਇਹ ਸਮਝਦੇ ਨੇ ਵੀ ਕਿਹੜੇ ਰਾਗੀ ਨੇ ਜਾਂ ਢਾਡੀ ਨੇ, ਇਹੀ ਇਸ ਤਰ੍ਹਾਂ ਦੇ ਨੇ, ਬਾਕੀ ਵਾਕਿਆ ਨੂੰ ਲੋੜ ਹੀ ਨਹੀਂ ਕੋਈ। ਰਹਿਤ ਭਾਈ ਜਾਂ ਕੀ ਰਹਿਤ ਨੇ ਜਾਣੀਆਂ, ਗੁਰਬਾਣੀ ਨੇ ਰੀਤ ਤਾਂ ਕਿ ਭੋਜਨ ਖਾ ਕੇ ਥਾਂ ਥਾਂ ਸੱਚੇ ਪਾਤਸ਼ਾਹ ਦੇ ਹੁਕਮ ਆਉਂਦੇ ਨੇ, ਹਰ ਇੱਕ ਲਈ ਹੈ ਵੀ ਉਹ ਅੰਮ੍ਰਿਤ ਛਕੇ ਗੁਰੂ ਵਾਲਾ ਬਣੇ। ਅਤੇ ਫਿਰ ਉਹਦੇ ਮਗਰ ਬਾਣੀ 'ਚ ਆਉਂਦਾ ਬ੍ਰਹਮ ਬਿੰਦੈ ਬ੍ਰਹਮ ਤਰਹਿ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਕਿਹੜੇ ਗੁਰੂ ਦੇ ਬਣ ਕੇ ਚੱਲਦੇ ਨੇ, ਕਿਹੜੀ ਮਾਇਆ ਇਹ ਤਾਂ ਇੱਕ ਥਾਂ ਹੋਰ ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ ਇਸ ਕੀ ਸੇਵਾ ਜੋ ਸੋ ਜੋ ਕਰੇ ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾੜੂ ਤਿੰਨ ਦਲ ਮਲ ਲਾਈ, ਕਿਹੜੇ ਗੁਰਮੁਖ ਨੇ ਉਹ ਪੈਰਾਂ ਦੇ ਨਾਲ ਆਉਂਦਾ ਨਾ, ਨਾਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜੇ ਭਾਈ ਇਹਨੂੰ ਤਿਆਗਦੇ ਨੇ ਅਤੇ ਗੁਰੂ ਵਾਲੇ ਬਣਦੇ ਨੇ ਉਹਨਾਂ ਦੇ ਮਗਰ ਭੱਜੀ ਫਿਰਦੀ ਆ। ਕਿਹੜੇ ਮਾਇਆ ਨਾਲ ਹੀ ਪਿਆਰ ਕਰਦੇ ਨੇ, ਇੱਕ ਤੋਂ ਸੱਚੇ ਪਾਤਸ਼ਾਹ ਪੌੜੀ ਚਾਹੁੰਦੇ ਨੇ। ਧਿਆਨ ਨਾਲ ਸੁਣਿਓ, ਤਨ ਸੰਪੈ ਮਾਇਆ ਸਾਂਚੀ ਹੈ ਅੰਤੇ ਦੁੱਖਦਾਈ, ਘਰ ਮੰਦਰ ਮਹਿਲ ਸਵਾਰੀਏ ਕਿ ਸਾਥ ਨਾ ਜਾਈ, ਹਰ ਰੰਗ ਤੁਰੀ ਨਿਤ ਪਾਲੀਏ ਕਿਤੇ ਕੰਮ ਨਾ ਆਈ, ਜਾਂ ਲਾਭ ਚਿੱਤ ਹਰਨਾਮ ਸਿਉ ਅੰਤੇ ਹੋਏ ਸਿਖਾਈ। ਨਾਲੇ ਤੇਰੇ ਅੰਤ ਸਿਖਾਈ ਹੋਊ, ਨਾਲੇ ਤੇਰੇ ਕਾਰਜ ਆਏ ਕਿਹੜੇ ਹੈਗੇ ਨੇ, ਆਪੇ ਭੱਜ ਭੱਜ ਪੂਰੇ ਹੁੰਦੇ ਨੇ ਜਿਹੜੇ ਗੁਰੂ ਵਾਲੇ ਬਣਦੇ ਨੇ। ਜਿਹੜੇ ਸਿਰਫ ਸੱਚੇ ਪਾਤਸ਼ਾਹ ਨੂੰ ਬਾਣੀ ਅਤੇ ਸਿਮਰ ਨੂੰ ਛੱਡ ਕੇ ਅੰਮ੍ਰਿਤ ਨੂੰ ਧੱਕੇ ਖਾਂਦੇ ਨੇ, ਉਹਨਾਂ ਵਾਸਤੇ ਤਾਂ ਧੱਕੇ ਹੀ ਧੱਕੇ ਨੇ। ਜਦੋਂ ਮਨੁੱਖਾ ਜਨਮ ਕਿਹੜਾ ਮਿਲਿਆ ਕਾਹਦੇ ਵਾਸਤੇ, ਆਇਓ ਸੁਣ ਪੜ੍ਹਨ ਕੋ ਬਾਣੀ। ਇਹ ਮਨੁੱਖਾ ਜਨਮ ਤੁਹਾਨੂੰ ਪਤਾ ਹੈ, ਇੱਕ ਥਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਪੌੜੀ ਛੁੜਕੀ ਹਾਥ ਨਾਪ ਹੈ ਪਹਿਲਾ ਜਨਮ ਗਵਾ ਬਣਿਆ। ਜੇ ਇਹ ਮਨੁੱਖਾ ਜਨਮ ਐਵੇਂ ਚੱਲਿਆ ਗਿਆ ਨਾ ਫਿਰ ਕੀ ਹੋਊ, 42 ਲੱਖ ਜੀ ਜਨਮੇ ਹੋ ਅਤੇ ਬੀਠ ਪਹਿਲਾਂ 84 ਲੱਖ ਦੀ ਜੂਨ ਵਿੱਚ ਇਹ ਧੱਕੇ ਖਾਂਦਾ ਫਿਰੂ। ਜੇ ਗੁਰੂ ਵਾਲਾ ਬਣ ਗਿਆ ਫਿਰ ਭਾਈ ਗੁਰੂ ਤਾਂ ਆਪਦੇ ਚਰਨਾਂ ਦੇ ਨਾਲ
ला के सच्चे पातशाह जिन जल में जल आई खटाने तो ज्योति संग फिर वो स्टेज बन जाती है जिन्हें है हूँ आप रोज़ कम करते हैं माया कट्ठी होंगी है इस तरह एक जन्म च हो दो च हो तीन च हो सच्चे पातशाह मुड़ मुड़ के भाई जिहड़ा गुरसिख बन गया उहनूं जीवन मिलणगे गुरसिखां दे घर ही ये गुरु कृपा करो फिर जदों खेड पूरी होगी फिर तो वो रूप है सच्चे पातशाह दा जिहड़ी आत्मा है तो हमारा है इन्हें मरना थोड़ा तत् तत्तां च जा मिलते हैं भी इस तरह भाई जिहदे ते भाई गुरु सच्चे पातशाह मेहर करन बख्शिश करन उहनूं भाई जिहनूं सिखी मिल गई ना उहदा सब तों वड्डे भाग ने चढ़दियां कला ने सच्चे पातशाह कृपा कर नौजवान कड़े बच्चे बच्चियां ने भाई उन्हां लई तां उदों भी जरूर है जे जिवें मैं तुहानूं बेनती करी है ना भी जो बेरी नूं पिउंद देनी है नरम कैल नूं दित्ती जांदी है जिहड़ी सख्त हुंदी है वह फिर वह गल नहीं बनती हैगी इस करके भाई जिहड़े बच्चे ने साडे उहनां नूं इही है पर अज दा किहड़ा समां है वह बड़ा कलयुग दा भैड़ा है क्यों इधरले पासे ध्यान ही विरलियां दा है ते किहड़ी सब तों वड्डी गल है नाल जाणी है उहनूं छड्डी बैठे हाँ बाकी च असीं खत्म होई जाणी आ सच्चे पातशाह कृपा करन भाई जिहड़े गुरसिख ने वह प्रेरणा करके आपदे बच्चे जिहदे बच्चे गुरसिख बन गए उहने सब कुछ खट लिया जिहड़े भाई कुराहे पै गए उन्होंने सारा कुछ बर्बाद कर लिया सच्चे पातशाह कृपा करन भाई कि नौजवान छोटे बड़े बच्चे ने सारे गुरु वाले बन के लेकिन थां थां बड़े हुक्म कड़े ने सतगुरु वाजो गुर नहीं कोई नगुरे कहे नौ बुरा सहस करती गुरबाणी चाहते ना गुरमंत्रहीन सुप्राणी तिरगंत जन्म परिष्ठन है कुकर है सूकर है गर्द है कक है सरपण है फुलखल है वह कुकर ते कुत्ते बिल्ले इस तरह के जूनों च भाई भटकते हैं जेडे गुरु वाले बन के चलते हैं वो गुरु का उन्होंने भाई सिर पर हाथ होंगे चढ़ती अखीर जिमें प्रचार की आप कई बार गल करते हैं प्रचार का घाट जिन्हों का जीवन नहीं होंगे तो तुम थोड़ा दस दें जो तुम आए हैं प्रचार की लहर भाई जीवन सिंह भाई महिंदर सिंह एस टी ओ होर चेते सिंह ने शुरू तो वह थोड़ा जा देखो गल होर है हूँ भाई जीवन सोनिया बच्च एड्डी बड़ी खेड सी एक बारी वह मैं थोनों उन्होंने गल दसदा जी मेरे न बीती है इधर समागम से कैलीफोर्निया तो वह कहें मास्टर जी चलो उत्थे अखंड पाठ समागम है मैं उन्होंने एक गल बेनती करती मैं गल है जी भी मेरा आपका असूल है भी जिहड़ा तुसी बसां दा किराया है वो तुसी आपका जी सद के दे दिओ जिहड़ा मैं आपका टिकट दूँ कहिंदे कोई ना जिवें भाई तेरी रुचि है गुरु की कृपा नाल असीं गए समागम ते कैलीफोर्निया की गल करदे आं भी उन्हां दा किहड़ा हैगा सी उन्हां दा जीवन भाई जीवन सोने दा तां ਜਿਹੜਾ ਨੌ ਜੀਵਨ ਸਿਉਂ ਰੱਖਿਆ ਜੀਵਨੀ ਸੀ ਆਉਂਦਾ ਨਾ ਬਾਣੀ 'ਚ ਜਲ ਜਾਓ ਜੀਵਨ ਨਾਮ ਬਿਨਾਂ ਉਹਨਾਂ ਨੂੰ ਮਾਇਆ ਨਾਲ ਕੋਈ ਖਿੱਚ ਨਹੀਂ ਸੀ ਕਿਸੇ ਨੇ ਕਰਤੀ ਤਾਂ ਉਹ ਪਤਾ ਨਹੀਂ ਕਿਹੜੇ ਪਾਸੇ ਦੂਜੇ ਪਾਸੇ ਉੱਧਰ ਲਾ ਦੇਣਾ ਫਿਰ ਉਹ ਭਾਈ ਤੁਹਾਨੂੰ ਮੈਂ ਦੱਸਿਆ ਇੱਕ ਵਾਰੀ ਫਿਰ ਵਾਹੀ ਟਰੱਸ ਦੇ ਸਮਾਗਮ 'ਤੇ ਭੈਣ ਜੀ ਵੀ ਗਏ ਜੋਗਿੰਦਰ ਕੌਰ ਉਹਨਾਂ ਦੇ ਘਰੋਂ ਅਤੇ ਉਹ ਆਪ ਵੀ ਗਏ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਅਰਦਾਸ ਬੇਨਤੀ ਕਰੀ ਵੀ ਇਸ ਤਰ੍ਹਾਂ ਦਾ ਭਾਈ ਜੀਵਨ ਸੋਹਣਾ ਦਾ ਤਾਂ ਮਾਇਆ ਦੇ ਨਾਲ ਆਉਂਦੀ ਸੀ ਅਤੇ ਉਹਦੀ ਧੱਕ ਦਿੰਦੇ ਸੀ ਦੂਜੇ ਪਾਸੇ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਬੀਤੀ ਗੱਲ ਭਾਈ ਉਦੇ ਸਿੰਘ ਜਿਹੜੇ ਪ੍ਰੋਫੈਸਰ ਸੀ ਉੱਥੇ ਟੋਰਾਂਟੋ ਉਹ ਇੱਕ ਮੇਰਾ ਇੱਕ ਹਰਬੰਸ ਸਿੰਘ ਦਾ ਦੋਨਾਂ ਦਾ ਟਿਕਟ ਲੈ ਕੇ ਆ ਗਏ ਵੀ ਉੱਥੇ ਅੰਮ੍ਰਿਤ ਸੰਚਾਰ ਸਮਾਗਮ ਹੋਣਾ ਤੁਸੀਂ ਚੱਲੋ ਜਦੋਂ ਉਹਨਾਂ ਨੇ ਟਿਕਟ ਲੈ ਕੇ ਮੈਨੂੰ ਮੇਰੇ ਨਾਲ ਗੱਲ ਕਰੀ ਮੈਂ ਉਹਨਾਂ ਨੂੰ ਫਿਰ ਇੱਕੋ ਹੀ ਗੱਲ ਕਰੀ ਮੈਂ ਮੈਂ ਨਹੀਂ ਜਾਣਾ ਕਹਿੰਦੇ ਕਿਉਂ ਮੈਂ ਤੁਸੀਂ ਟਿਕਟ ਮੇਰਾ ਕਿਉਂ ਲੈਂਦਾ ਹੈ ਮੈਂ ਮੇਰਾ ਤਾਂ ਇਹ ਅਸੂਲ ਹੈ ਵੀ ਇਹ ਤਾਂ ਕਿਹੜੇ ਗ੍ਰਿਸ਼ਤੀ ਨੇ ਉਹਨਾਂ ਦਾ ਫਰਜ਼ ਨਹੀਂ ਕਿਹੜੇ 24 ਘੰਟੇ ਸੇਵਾ ਕਰਦੇ ਨੇ ਗ੍ਰੰਥੀ ਨੇ ਜਾਂ ਰਾਗੀ ਨੇ ਉਹਨਾਂ ਨੇ ਤਾਂ ਹਾਰ ਆਪਦਾ ਲੈਣਾ ਵੀ ਤੁਸੀਂ ਇਸ ਕਰਕੇ ਫਿਰ ਉਹਨਾਂ ਨੇ ਮੇਰੇ ਨਾਲ ਵਾਅਦਾ ਕਰ ਲਿਆ ਕਹਿੰਦੇ 400-500 ਕੰਮ ਕਿੰਨਾ ਡਾਲਾ ਸੀ ਕਹਿੰਦੇ ਉਹ ਤੁਸੀਂ ਜਾਣ ਸਾਰ ਦੇ ਦਿਓ ਉੱਥੇ ਅਤੇ ਬਾਕੀ ਫਿਰ ਭਾਈ ਮੈਂ ਗਿਆ ਉੱਥੇ ਪੰਜਾਂ ਪਿਆਰਾਂ ਦੀ ਸੇਵਾ ਟੋਰਾਂਟੋ ਦੀ ਗੱਲ ਹੈ ਪੁਰਾਣੀ ਅਤੇ ਜਿਸ ਵੇਲੇ ਪਹੁੰਚੇ ਤਾਂ ਉਦੋਂ ਹੀ ਉਹ ਕਿਹੜਾ ਸਿੰਘ ਖਜ਼ਾਨਚੀ ਸੀ ਉਹਦੇ ਹਵਾਲੇ ਮੈਂ ਕਿੰਨੇ ਦਾ ਟਿਕਟ ਹੈ ਉਹਨਾਂ ਮੈਂ ਉਹ ਉਹਨੇ ਡਾਲੇ ਉਹਨਾਂ ਨੂੰ 400-500 ਮੇਰੇ ਸਹੀ ਯਾਦ ਨਹੀਂ ਉਹ ਦੇਤਾ ਇਸ ਤਰ੍ਹਾਂ ਦਾ ਇਹ ਸਿੰਘ ਦਾ ਇਹ ਹੁੰਦਾ ਕਿ ਕਿਹੜੇ ਭਾਈ ਗ੍ਰੰਥੀ ਨੇ ਜਾਂ ਦੂਸਰੇ ਉਹਨਾਂ ਦਾ ਤਾਂ ਹਾਰ ਹੈ 24 ਘੰਟੇ ਕਿਹੜੇ ਗ੍ਰਿਸ ਦੇ ਵਿੱਚ ਲੈ ਕੇ ਵੜਦੇ ਨੇ ਇੱਕ ਵਾਰੀ ਤੁਹਾਨੂੰ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਅਤੇ ਮੈਂ ਸੁਣਿਆ ਵੀ ਇੱਕ ਸਿੰਘ ਗੁਰੂ ਦਸ਼ਮੇਸ਼ ਦੇ ਚਰਨਾਂ ਦੇ ਵਿੱਚ ਗਾਗਰ ਕਹਿ ਲਓ ਜਾਂ ਤੌਲਾ ਲੈ ਲਓ
ਧੀ ਦਾ ਲੈ ਕੇ ਆ ਗਿਆ ਧੀ ਦਾ ਲੈ ਕੇ ਆ ਗਿਆ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ ਦਸ਼ਮੇਸ਼ ਪਿਤਾ ਦੇ ਚਰਨਾਂ ਜਦੋਂ ਭੇਟ ਕੀਤਾ ਅਤੇ ਬਾਕੀ ਇੱਕ ਸਿੰਘ ਸੀ ਉਹ ਕਮਜ਼ੋਰ ਜਿਹਾ ਸੀ ਉਹਦੇ ਮਨ 'ਚ ਆ ਗਿਆ ਇਤਿਹਾਸ ਦੀ ਗੱਲ ਹੈ ਇਹ ਉਹਦੇ ਆ ਗਿਆ ਵੀ ਜੇ ਮੇਰੇ 'ਤੇ ਬਖਸ਼ਿਸ਼ ਕਰ ਦੇਣ ਮੈਂ ਨਿਰਵਾਹ ਹੋ ਜਾ ਉਹਦੇ ਮਨ ਜਦੋਂ ਇਹ ਆਈ ਫਿਰ ਉਹਨੂੰ ਕਿਹਾ ਸੱਚੇ ਪਾਤਸ਼ਾਹ ਨੇ ਕਹਿੰਦੇ ਭਾਈ ਤੂੰ ਬਾਲ ਬੱਚੇ ਹੋਇਆ ਤੂੰ ਕਿਉਂ ਲੈ ਕੇ ਆਇਆ ਇਹ ਤਬਲਾ ਤੂੰ ਕਿਉਂ ਲੈ ਕੇ ਆਇਆ ਘੀ ਦਾ ਅਤੇ ਬਾਕੀ ਉਹਨੂੰ ਕੋਲ ਬੁਲਾ ਲਿਆ ਕਹਿੰਦੇ ਸੁਣ ਲਾ ਭਾਈ ਉਹ ਕਹਿੰਦਾ ਜੀ ਮੇਰੇ ਕੋਹੜ ਹੋ ਗਿਆ ਸੀ ਫਿਰ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰੀ ਵੀ ਸੱਚਾ ਪਾਤਸ਼ਾਹ ਮੇਰੇ 'ਤੇ ਬਖਸ਼ਿਸ਼ ਕਰ ਦਿਓ ਮੈਂ ਐਂ ਕਰਕੇ ਵੀ ਕਿਹੜਾ ਹੈਗਾ ਤੁਹਾਡੇ ਚਰਨਾਂ ਵਿੱਚ ਘੀ ਦਾ ਤੌਲਾ ਆਪਦੇ ਘਰ ਦਾ ਪਹੁੰਚਾਊਂਗਾ ਜਦੋਂ ਇੰਨੀ ਗੱਲ ਹੋਈ ਫਿਰ ਉਹਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਉਂ ਲੈਣਾ ਸਾਰਾ ਕਹਿੰਦੇ ਇਹ ਕਿਹੜਾ ਹੈ ਤੌਲਾ ਇਹਦੇ ਵਿੱਚ ਲੰਗਰ 'ਚ ਪਊ ਦੇਗ ਵਰਤਾਈ ਜਾਊ ਇਹ ਸਾਰੀ ਕਹਿੰਦੇ ਕਿਸੇ ਦੇ ਥੋੜ੍ਹੀ ਜਿਹੀ ਪਿੱਤ ਨਿਕਲੂ ਕਿਸੇ ਦੇ ਇੱਕ ਫੋੜਾ ਨਿਕਲਿਆਊ ਇਹ ਸੰਗਤ 'ਚ ਵੰਡਿਆ ਜਾਊ ਜੇ ਤਾਂ ਲੈਣਾ ਫਿਰ ਉਹਨੇ ਹੱਥ ਬੰਨ੍ਹ ਲਏ ਵੀ ਇਸ ਤਰ੍ਹਾਂ ਕਰਕੇ ਭਾਈ ਜਿਹੜਾ ਹੈਗਾ ਭਾਈ ਜੀਵਨ ਸੋਹਣੀਆਂ ਦੀ ਕਾਂ ਖੇੜਾ ਪਰਿਵਾਰ ਸੀ ਉਹ ਬਹੁਤ ਚੜ੍ਹਦੀ ਕਲਾ ਵਿੱਚ ਗੁਰੂ ਦੀ ਕਿਰਪਾ ਦੇ ਉਹਨਾਂ ਦੇ ਨਾਲ ਫਿਰ ਮੈਂ ਤੁਹਾਨੂੰ ਦੱਸਦਾ 78 ਵਿੱਚ ਤੁਹਾਨੂੰ ਪਤਾ ਨਾ ਨਿਰੰਕਾਰੀਆਂ ਦੀ ਖੇਡ ਵਰਤੀ ਅਤੇ ਹਰਿੰਦਰ ਸਿੰਘ ਮੇਰਾ ਲੜਕਾ ਪਹਿਲਾਂ ਇੱਥੇ ਆਇਆ ਹੋਇਆ ਸੀ ਅਤੇ ਜਦੋਂ ਉੱਥੇ ਅਸੀਂ ਪ੍ਰੋਫੈਸਰ ਹੋਰ ਅਸੀਂ ਗਏ